ਪਾਉਣੀ ਪਾਉਣੀ ਨਸ਼ੇ ਯਾਰ ਮੈਂ ਘੰਟਾ ਹੋ ਗਿਆ ਪਤਾ ਨੀ ਕੀ ਉਹਨੂੰ ਬਾਲਣ ਲਾ ਗਈ ਵੀ ਪਾਣੀ ਗਲਾਸ ਹੀ ਭਰ ਕੇ ਲਿਆਉਣਾ ਉਹ ਪਾਣੀ ਲਿਆਉਣ ਨੂੰ ਕਿਹਾ ਤੈਨੂੰ ਘੰਟਾ ਹੋ ਗਿਆ ਇਹਨੂੰ ਕਿਉਂ ਬਾਲਣ ਲੱਗ ਗਈ ਕਿੱਧਰ ਜਾ ਮਰੀ ਲਿਆਉਣੀ ਆ ਕਿ ਜਾਨ ਨਿਕਲਦੀ ਆ ਪਾਣੀ ਬਿਨਾ ਲਿਆਉਣੀ ਹੈਗੀ ਕਿ ਮੈਂ ਤੜਫ ਜਾਂਦਾ ਕਿ ਜਾਨ ਨਿਕਲਦੀ ਆ ਪਾਣੀ ਬਿਨਾ ਕੰਮ ਨੀ ਕੋਈ ਨਿਬੇੜਨ ਦਿੰਦਾ ਸਾਰਾ ਦਿਨ ਇਸੇ ਦੇ ਗੋਲੇ ਧੰਦੇ ਲਾਈ ਰੱਖਦਾ ਪਾਣੀ ਤੇ ਚੱਕ ਕੇ ਪੀ ਲਾ ਤੈਨੂੰ ਦਿਸਦਾ ਨੀ ਹੈਗਾ ਵੀ ਕੰਮ ਕਰੀ ਜਾਂਦੀ ਹੋਕਰੇ ਦੇ ਹੋਕਰੇ ਮਾਰੀ ਜਾਂਦਾ ਬੈਠਾ ਇੰਨਾ ਟਾਈਮ ਉਬਾਲਣਾ ਸੀ ਕੀ ਹੋਇਆ ਕਹਿੰਦਾ ਮੱਚੀ ਜਾਂਦਾ ਲੈ ਫੜ ਪਾਣੀ ਮੱਚੀ ਜਾਂਦਾ ਤੇ ਕੰਮ ਕਰੀ ਜਾਂਦੀ ਸੀ ਕਿ ਮੈਂ ਗਾਹ ਪੀਲੀ ਬੈਠੀ ਸੀ ਪਾਣੀ ਦਾ ਗਲਾਸ ਚੱਕ ਕੇ ਪੀ ਸਕਦਾ ਆਦਤ ਹੀ ਪੈ ਰਹੀ ਹੈ ਕਿ ਸਾਰਾ ਦਿਨ ਬੁੜ 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 ਕਰਨ ਦੀ ਪਤਾ ਨੀ ਕਿਉਂ ਬੁੜਨੇ ਕਾਹਦੀ ਖਤਰ ਹੁੰਦੀਆਂ ਪਾਣੀ ਬਣਾਉਣ ਵਾਸਤੇ ਹੁੰਦੀਆਂ ਕੈਂਪਰ ਗਲ ਚ ਪਾ ਕੇ ਰੱਖ ਲਿਆ ਕਰ ਆ ਲਿਆ ਕਰ ਕੈਂਪਰ ਬੋਲਦੀ ਰਿਹਾ ਕਰ ਚੰਗਾ ਲਿਆ ਗਲਾਸ ਫੜਾ ਮੈਂ ਤੇਰਾ ਖਾਸ ਮਿਲਾ ਲੈਂਦਾ ਇਹ ਬੋਲਦੀ ਹਾਂ ਮੈਨੂੰ ਵੀ ਦੀਦਾ ਹੈਗਾ ਨਿਆਣੀ ਨੀ ਹੈਗੀ ਮੈਂ ਹੈਗੀ ਇੰਨੀ ਕੁ ਤਾਂ ਉਮਰ ਮੇਰੀ ਵੀ ਖਾਸਮਾ ਮੇਰਾ ਪਰ ਖਾਸਮ ਵਾਲੇ ਤਰੀਕੇ ਵੀ ਵਰਤ ਲਿਆ ਕਰ ਇੱਧਰ ਆ ਜਾ ਕਿਹੜਾ ਖਾ ਕੇ ਤੇ ਕੰਮ ਦੱਸਾਂ ਕੀ ਕੰਮ ਹੈਗਾ ਮੇਰਾ ਆਉਂਦਾ ਗਾ ਭਾਣਜਾ ਤੇ ਆਇਆ ਨੀ ਉਹ ਤੇ ਉਹਦੀ ਸੇਵਾ ਪੂਰੀ ਕਰਨੀ ਆਇਆ ਮਾਝਾ ਚ ਕੇ ਉਹ ਰਹੂਗਾ ਮਹੀਨਾ ਇੱਕ ਅੱਛਾ ਇੱਥੇ ਆਉਂਦਾ ਹੈ ਕਦੇ ਆਇਆ ਨੀ ਹੈਗਾ ਤੇਰਾ ਦੋਤਾ ਲਾਇਆ ਕਦੇ ਉਹਨੂੰ ਕੁਛ ਹੋਰ ਕਹੇ ਦੀ ਰੱਖ ਦੇਣਾ ਠੀਕ ਹੈ ਕੋਈ ਗੱਲ ਨੀ ਆ ਜਾਣ ਤੇ ਫਿਰ ਮੈਂ ਕਿਹੜਾ ਜੇ ਕੋਈ ਰਿਸ਼ਤੇਦਾਰ ਆ ਗਿਆ ਮਨਾ ਕਰ ਦਿੰਦਾ ਵੀ ਨਾ ਆਵੇ ਪੂਰੀ ਸੇਵਾ ਕਰਨੀ ਹੈ ਜੱਜ ਤੇ ਕੋਈ ਗੱਲ ਨੀ ਉਹ ਤਾਕੜੇ ਉਹ ਵੀ ਬੜੇ ਨੇ ਫਿਰ ਕਾਦੀ ਇੱਥੇ ਕੋਈ ਜੌਬ ਲੱਗੇਗਾ ਹੈ ਜੌਬ ਨੌਕਰੀ ਲੱਗੀ ਉਹਦੀ ਹਾਂ ਹਾਂ ਅੱਛਾ ਕਿੰਨੀ ਕੁ ਉਮਰ ਦਾ ਗਾ ਛੋਟਾ ਜਿਹਾ ਅਠਾਰਾਂ ਵੀਹ ਸਾਲ ਦਾ ਹੋ ਅੱਛਾ ਫਿਰ ਤਾਂ ਮੁੱਛ ਪੁੱਟ ਗੱਭਰੂ ਆ ਜਮਾ ਮਗਾ ਬੰਦਾ ਤੰਦਾ ਚਲੋ ਵਧੀਆ ਘਰੇ ਆਏ ਤਾਂ ਪਤਾ ਲੱਗ ਜੂ ਅੱਛਾ ਹਾਂ ਜੇ ਘਰ ਕੋਲ ਭੁੱਲ ਗਿਆ ਫੋਨ ਚਲੇ ਤੇ ਪਿਆ ਹੋ ਤੇ ਉਹ ਮੈਂ ਮੜਾ ਹੀ ਕੰਮ ਜਾ ਕੇ ਆਉਣਾ ਪਹਿਲਾਂ ਆਇਆ ਨੀ ਕਦੇ ਪਹਿਲਾਂ ਕਦੇ ਆਇਆ ਨੀ ਪਹਿਲੀ ਵਾਰੀ ਆ ਰਿਹਾ ਹਾਂ ਤੇ ਨਹੀਂ ਅੱਡੇ ਗੁੱਪਮ ਦੇ ਅੱਡੇ ਤੋਂ ਲੈ ਜਾ ਹਾਂ ਕੋਈ ਗੱਲ ਨੀ ਲੈ ਆਉਂਗੀ ਜੇ ਫੋਨ ਆ ਗਿਆ ਮੈਂ ਲੈ ਆਉਂ ਆਪੇ ਕੋਈ ਚੱਕਰ ਨਹੀਂ ਤੇ ਕਈ ਵਾਰੀ ਉਹਨੇ ਫੋਨ ਕਰਿਆ ਤਾਂ ਲੈ ਜਾ ਕੇ ਸੋਹਣਾ ਗਾ ਹੈ ਸੋਹਣਾ ਤੇਰਾ ਬਣ ਜਾ ਵਰਣ ਬਣਦਾ ਦਣਦਾ ਸੌਖੇ ਵਾਲੇ ਘਰੋਂ ਆਏ ਚ ਕਰਦੇ ਆ ਉਹ ਤਾਂ ਇੱਕ ਕਹਿੰਦਾ ਮਾਮਾ ਮੈਂ ਆਉਣਾ ਮੈਂ ਮਾਂ ਕੋਈ ਆ ਜਾ ਚੱਲ ਵਧੀਆ ਚੱਲ ਇੱਥੇ ਨੇੜੇ ਜੋਬ ਲੱਗਿਆ ਨੇੜੇ ਨੌਕਰੀ ਉਹਦੇ ਡਿਊਟੀ ਹੋ ਗਈ ਤੇ ਚੱਲ ਵਧੀਆ ਕੋਈ ਗੱਲ ਨਹੀਂ ਨੌਕਰੀ ਮਿਲ ਗਈ ਉਹਨੂੰ ਨੇੜੇ ਚੱਲ ਮੈਂ ਲਾ ਲਾ ਮਹੀਨਾ ਚੱਲ ਨਾ ਕੋਈ ਗੱਲ ਨਹੀਂ ਆ ਤਾਂ ਤੜਕੇ ਨਾ ਹੱਥੋਂ ਕੇ ਪਾ ਜਾ ਫਿਰ ਚੱਲ ਕੋਈ ਨੀ ਆ ਜਾਣ ਤੇ ਕੋਈ ਨੀ ਲਿਆਉਂ ਚੱਲ ਤੂੰ ਭਾਗ ਜਾ ਫੇਰ ਪੁੱਤ ਜਾਣਾ ਕਰ ਦਾ ਕੰਮ ਨਿਬੇੜ ਲੈ ਟਾਈਮ ਨਾ ਮਾੜਾ ਕੰਮ ਜਾ ਕੇ ਨਾ ਕੋਈ ਨੀ ਚੱਲ ਮੁੱਚ ਪੁੱਟ ਗੱਭਰੂ ਆ ਸੋਹਣਾ ਵੀ ਆ ਚੜ੍ਹਦੀ ਜਵਾਨੀ ਆ ਜਵਾਨੀ ਤਾਂ ਢਾਲ ਦੂੰਗੀ ਮੈਂ ਆ ਤਾਂ ਜਾਣ ਦੇ ਕਹਿੰਦਾ ਸੋਹਣਾ ਸੁਨੱਖਾ ਬਥੇਰਾ ਪਿਆਰ ਨਾਲ ਹੀ ਰੱਖੂ ਕੰਮ ਤਾਂ ਗਏ ਨਿਬੜ ਮੈਂ ਵੀ ਥੋੜਾ ਜਿਹਾ ਤਿਆਰ ਹੋ ਜਾ ਸੋਹਣੀ ਜੀ ਬਣ ਜਾ
ਆਉਣ ਵਾਲਾ ਗਾ, ਫਿਰ ਅੱਡੇ ਤੇ ਵੀ ਲੈਣ ਜਾਊਂਗੀ ਤੇ ਪਿੰਡ ਦੇ ਵੀ ਖੜੇ ਹੋਣਗੇ, ਆਪ ਕੀ ਪਤਾ ਕਿੰਨਾ ਕੁ ਸੋਹਣਾ ਹੋਊਗਾ। ਨਹੀਂ ਆਏ ਆਖੂਗਾ ਲੈ ਮੇਰੀ ਮਾਮੀ ਤਾਂ ਰੂਲੀ ਫੁਲੀ ਜੀ ਫਿਰਦੀ ਹੈਗੀ। ਲਿਪਸਟਿਕ ਲਾ ਕੇ ਘੈਂਟ ਲੱਗਦੀ ਹੈ, ਅੱਧੀ ਬਾਈ ਲਵਾਂ ਥੋੜ੍ਹਾ ਜਿਹਾ। ਚੱਲ ਫੋਨ ਤਾਂ ਆਉਣ ਵਾਲਾ ਹੀ ਆ, ਨੇੜੇ ਹੋਊਗਾ, ਐਨੂੰ ਪਤਾ ਘਰ ਪਤਾ ਹੋਵੇ ਆਪੇ ਆ ਜੀ। ਚਲੋ ਬਾਹਰ ਗਏ ਤਾਂ ਸਵਾਗਤ ਕਰੂੰਗੀ। ਸੱਚ ਫੋਨ ਵੱਜੀ ਜਾਂਦਾ ਉੱਧਰ ਹੀ ਰੱਖ ਗਿਆ ਹਨਾ। ਦੇਖਾਂ ਲਦੀਂਦਾ ਤਾਂ ਹੈ ਨਹੀਂ ਗਾ ਕਿਤੇ ਮੈਨੂੰ, ਉਹ ਨਹੀਂ ਆਉਂਦਾ ਹੈਗਾ, ਮੈਨੂੰ ਲੱਗਦਾ ਮਾਮੀ ਆ। ਉਹੀ ਆ, ਚੱਲ ਆ ਗਿਆ। ਸਤਿ ਸ੍ਰੀ ਅਕਾਲ ਮਾਮੀ। ਸਤਿ ਸ੍ਰੀ ਅਕਾਲ, ਕੀਪੂ ਤੇਰਾ ਨਾਮ ਹੀ ਆ? ਹਾਂ ਹਾਂ। ਅੱਛਾ ਆਏ ਮੈਂ ਤਾਂ ਕਦੋਂ ਹੀ ਦੇਖੀ ਨਹੀਂ। ਮਾਮੇ ਨੇ ਕਰਤਾ ਸੀ ਫੋਨ ਮੈਨੂੰ। ਅੱਛਾ ਅੱਛਾ, ਕਹਿੰਦੇ ਤੇਰੇ ਮਾਮੀ ਆ ਜਾਊਗੀ। ਅੱਛਾ ਆ ਜਾ ਆ ਜਾ, ਆਪ ਮੈਂ ਤਾਂ ਕਦੋਂ ਦੀ ਡਿੱਕੀ ਆਂਦੀ ਸੀ ਤੈਨੂੰ ਖੜੀ। ਅੱਛਾ ਅੱਛਾ, ਤੇ ਕੀਪੂ ਗੱਲ ਦੱਸ, ਵਿਆਹ ਹੈ ਤੂੰ ਅੱਜ? ਨਹਾਣਾ ਤੁਹਾਨੂੰ ਲੱਗਦਾ ਮੇਰੇ, ਮੈਂ ਤਾਂ ਹਲੇ ਜਵਾਕ ਆ, ਕਿੱਥੇ ਵਿਆਹ ਬੂ ਹੋਇਆ ਮੇਰਾ। ਅੱਛਾ ਫੇਰ ਜੀਐਫ ਤਾਂ ਹੋਊਗੀ? ਨਾ ਨਾ, ਕਿੱਥੇ ਮਾਮੀ ਯਾਰ, ਜੀਐਫ ਬਣੀ ਨਹੀਂ ਹਲੇ ਕੋਈ। ਕਿਉਂ? ਮੈਂ ਤਾਂ ਲੱਗਦਾ ਫਿਰਦਾ ਕੋਈ ਬਣੀ ਨਹੀਂ, ਲੈ ਹੁਣ ਮੈਂ ਕੀ ਕਰਾਂ। ਘਰ ਚਾਹ ਪਾਣੀ ਪੀ, ਮੈਂ ਤਾਂ ਪਹਿਲੀ ਵਾਰੀ ਆਇਆ। ਨਾਲ ਹੀ ਹੈਗਾ ਹੁਣ ਤਾਂ ਤੇਰਾ ਮਾਮਾ ਵੀ। ਅੱਛਾ, ਘਰ ਬਹੁਤ ਸੋਹਣਾ, ਮੈਂ ਤਾਂ ਪਹਿਲੀ ਵਾਰੀ ਆਇਆ ਮਾਮੀ। ਅੱਛਾ ਅੱਛਾ, ਆ ਜਾ ਚੱਲ ਉਹਰੇ ਬੈਡਰੂਮ 'ਚ ਹੀ ਆ ਜਾ ਅੰਦਰ। ਚਲੋ ਹੋਰ ਇੱਥੇ ਕਿੱਥੇ ਬੈਠਾਂਗੇ, ਏਸੀ ਵਾਲਾ ਰੂਮ ਹੈਗਾ ਜੇ ਸਾਡਾ। ਘਰ ਘਰ ਤਾਂ ਪੂਰਾ ਵਧੀਆ। ਹੋਰ ਆ ਜਾ ਆ ਰੂਮ 'ਚ ਬੈਠ, ਆ ਲਾ ਦੇ ਕਿੱਟ ਜੇ, ਕਿੰਨਾ ਭਾਰ ਚੱਕਿਆ ਇਹ ਤਾਂ ਫਿਰ ਕੱਪੜੇ ਆ ਮੇਰੇ। ਅੱਛਾ ਅੱਛਾ, ਚੱਲ ਧਰ ਦੇ ਇੱਧਰ ਸਾਈਡ ਤੇ, ਕੋਈ ਗੱਲ ਨਹੀਂ, ਲੋਟ ਜੇ ਹੋ ਕੇ ਬਹਿ ਜਾ, ਕੋਈ ਗੱਲ ਨਹੀਂ, ਪੈਰ ਉੱਪਰ ਕਰਕੇ ਬਹਿ ਜਾ। ਬਸ ਬੈਠੇ ਆ। ਹੋਰ ਫਿਰ ਮਾਮੀ ਠੀਕ ਰਹਿਣੀ ਆ? ਹਾਂ ਹਾਂ ਬਸ ਵਧੀਆ, ਜਿਹੜਾ ਟਾਈਮ ਪਾਸ ਹੋਈ ਜਾਂਦਾ। ਬਾਕੀ ਤੇਰੇ ਮਾਮੇ ਦਾ ਤਾਂ ਤੁਹਾਨੂੰ ਆ ਮੇਰੇ ਨਾਲ ਵੱਧ ਹੀ ਪਤਾ। ਮਾਮਾ ਤਾਂ ਫਿਰ ਥੋੜਾ ਜਿਹਾ ਪਹਿਲਾਂ ਤੋਂ ਹੈ ਨਾ ਅੜਬੀ ਆ, ਤੁਹਾਨੂੰ ਪਤਾ ਹੀ ਆ, ਕਿਉਂਕਿ ਤੁਸੀਂ ਤਾਂ ਉਹ ਤਾਂ ਨਹੀਂ ਬਾਲਾ ਬੋਲਦਾ ਬਾਲਦਾ ਤਾਂ ਨਹੀਂ ਤੁਹਾਨੂੰ? ਬਸ ਟਾਈਮ ਪਾਸ ਹੋਈ ਜਾਂਦਾ, ਬੋਲਦਾ ਬੋਲੀ ਜਾਂਦਾ ਗਾ ਬਸ। ਮੈਂ ਪਿਆਰ ਤਾਂ ਕਰਦੀ ਹੂ, ਰਾਖੀ ਰਹਿੰਦੇ ਹੋਊਗੇ। ਬਸ ਤੈਨੂੰ ਕੀ ਦੱਸਾਂ ਹੁਣ, ਤੂੰ ਐਂ ਕਹੇਗਾ ਮੈਂ ਮਾਮੀ ਕੋਲੇ ਆ ਕੇ ਬਹਿ ਕਾਹਦਾ, ਕਿ ਆਪਦੇ ਦੁੱਖੜੇ ਲੈ ਕੇ ਬਹਿਗੀ, ਕਿਹੜਾ ਮੋਹ ਪਿਆਰ, ਉਹਨੂੰ ਤਾਂ ਕਾਸੇ ਦਾ ਝੱਜ ਹੀ ਨਹੀਂ ਹੈਗਾ। ਉਮਰ ਤਾਂ ਉਹਨੇ ਨਸ਼ਿਆਂ 'ਚ ਗਵਾਤੀ ਆਪਦੀ, ਹੈਂ ਜਵਾਨੀ ਤਾਂ ਪਹਿਲਾਂ ਨਸ਼ਿਆਂ 'ਚ ਗਾਲਤੀ। ਬਸ ਇੱਕ ਦਿਨ ਕੱਟੀਆਂ ਕਰੀ ਜਾਂਦੀ ਹੈਗੀ ਮੈਂ ਤਾਂ। ਚੱਲ ਕੋਈ ਗੱਲ ਨਹੀਂ, ਮੇਰੇ ਦੁੱਖ ਸੁਣਨ ਵਾਸਤੇ ਤਾਂ ਤੂੰ ਇੱਥੇ ਹੀ ਹੈਗਾ। ਮੈਂ ਤੈਨੂੰ ਚਾਹ ਬਣਾ ਕੇ ਲਿਆਵਾਂ, ਕੌਫੀ ਪੀਏਗਾ ਐਂ ਦੱਸ? ਦੋਸਤ ਚਾਹ ਹੀ ਲਿਆ, ਚਾਹ ਪੀਏਗਾ? ਚੱਲ ਲਿਓ ਨਹੀਂ ਚਾਹ। ਤੇ ਜੋਬ ਇੱਥੇ ਕਿੱਥੇ ਲੱਗੇਗੀ ਤੇਰੀ? ਬਸ ਇੱਥੇ ਨੇੜੇ ਹੀ ਆਪਣੇ। ਅੱਛਾ ਚੱਲ ਕੋਈ ਗੱਲ ਨੀ, ਤੂੰ ਇੱਥੋਂ ਹੀ ਆਪਦਾ ਵਗ ਜਾ ਕਰੀ, ਇੱਥੇ ਤੇਰੇ ਮਾਮੇ ਕੋਲ ਜਿਹੜਾ ਮੋਟਰਸਾਈਕਲ ਉਸ ਹੀ ਲੈ ਜਾ ਕਰੀ, ਠੀਕ ਹੈ? ਨਾ ਮੈਂ ਦੇਖ ਲੂ ਉੱਥੇ ਕਿਰਾਏ ਤੇ ਰੂਮ, ਜੇ ਨੇੜੇ ਹੋਇਆ ਹੋਰ ਵੀ ਨੇੜੇ ਸਰ ਜੂਗਾ ਤਾਂ। ਕਿਉਂ ਲੈ, ਐਂ ਕਿਉਂ ਰੂਮ ਲਏਗਾ ਹੋਰ ਕਿਤੇ? ਇਹ ਤੇਰਾ ਆਪਦਾ ਘਰ ਆ, ਐਂ ਨਾ ਸਮਝ ਵੀ ਤੇਰੇ ਮਾਮਾ ਮਾਮੀ ਆ, ਹੈ ਆਪਦਾ ਸਮਝ ਕੇ ਰਹੇ। ਕੋਈ ਕਿਰਾਏ ਤੇ ਰੂਮ ਨੀ ਲੈਣਾ ਹੈਗਾ ਆਪਣੇ ਕੋਲ, ਕੀ ਰੂਮਾਂ ਦਾ ਤੋੜਾ ਵਾ, ਕਿੰਨੇ ਕਮਰੇ ਆ ਗੇ, ਕਿਤੇ ਮਰਜ਼ੀ ਰਹੇ। ਬਸਕ ਤੂੰ ਆ ਮੇਰੇ ਵਾਲੇ ਰੂਮ ਚ ਏਸੀ ਵਾਲੇ ਚ ਹੀ ਰਹਿ ਜਾ ਕਰੀ ਸ਼ਾਮ ਨੂੰ, ਠੀਕ ਹੈ ਨਾ? ਇੱਥੇ ਤਾਂ ਤੁਸੀਂ ਦੋਨੋਂ ਪੈਨੇ ਹੋ। ਨਹੀਂ ਨਹੀਂ ਕੋਈ ਚੱਕਰ ਨਹੀਂ ਹੈਗਾ, ਤੇਰੇ ਵਾਸਤੇ ਸਭ ਕੁਝ ਹਾਜ਼ਰ ਹੈਗਾ, ਇਹ ਟੈਨਸ਼ਨ ਨਾ ਲਈ ਤੂੰ। ਮਾਮੀ ਤੂੰ ਤਾਂ ਮੈਨੂੰ ਲੱਗਦਾ ਬਾਬਾ ਜੀ ਚੰਗੀ ਲੱਗਦੀ ਆ ਮੈਨੂੰ।
ਫਿਰ ਕੀ ਹੋ ਗਿਆ? ਜੇ ਤੇਰੇ ਵਾਸਤੇ ਨਹੀਂ ਕਰੂੰ ਹੋਰ ਕਿਹਦੇ ਵਾਸਤੇ ਕਰੂੰਗੀ? ਪਹਿਲੀ ਵਾਰੀ ਤੂੰ ਆਇਆਗਾ ਹੈ। ਚੱਲ ਕੋਈ ਨੀ, ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਂਦੀ ਹਾਂ, ਤੂੰ ਰੈਸਟ ਕਰ, ਠੀਕ ਹੈ? ਕੋਈ ਨਾ ਮਾਮੇ। ਆਹ ਮੈਂ ਤੇਰਾ ਬੈਗ ਉੱਧਰ ਧਰ ਦਿੰਦੀ। ਲੈ ਮਾਮੀ ਤਾਂ ਇੰਨੀ ਸੋਹਣੀ ਅਤੇ ਸਰੀਫ ਆ, ਮਾਮਾ ਜਾਂ ਪਤੀ ਇਹਨੂੰ ਰੱਖਣੀ ਨਹੀਂ ਆਉਂਦੀ। ਉਹਨੂੰ ਲੱਗਦਾ ਅੜਬਾ ਪੀ ਕੇ ਦਾਰੂ ਲੜਦਾ ਹੋਊ ਮਾਮੀ ਨਾਲ। ਮਾਮੀ ਤਾਂ ਇੰਨਾ ਮੋਹ ਕਰਦੀ ਹੈ ਯਾਰ। ਮਾਮੀ ਨੇ ਤਾਂ ਪੂਰੀ ਸੇਵਾ ਕਰੀ ਲੈ। ਮੈਂ ਕਹਿ ਕੇ ਗਿਆ ਸੀ, ਮੈਂ ਕਿਤੇ ਆਇਆ ਨੀ ਹੈਗਾ ਕਿਤੇ। ਮਾਮੀ ਹੈ, ਮਾਮਾ ਦੱਸਾਂ, ਮਾਮੀ ਸੋਹਣੀ ਤੇ ਪੂਰੀ ਚੰਗੀ ਹੈ। ਕੰਮ ਮੈਨੂੰ ਲੱਗਦਾ ਤੂੰ ਚੰਗੀ ਕੀਤੀ ਕੋਈ, ਤਾਂ ਦੂਜੇ ਦੇ ਵਾਰੀ ਤਾਂ ਚੰਗੀ ਆ ਜਿਹੜੀ ਇੰਨੀ ਸੋਹਣੀ ਮਿਲੀ ਆ ਤੈਨੂੰ। ਉਹਦੀ ਨਿਆਣੀ ਜੀ ਤਾਂ ਉਮਰ ਆ ਉਹਦੀ, ਲੈ ਹੈ ਤਾਂ ਨਿਆਣੀ ਜੀ ਉਮਰ, ਪ੍ਰਾਹੁਣੀ ਦੇ ਖਰਚੇ ਨਹੀਂ ਲੋਟਾਉਂਦੇ। ਓਏ ਖਰਚੇ ਤਾਂ ਹੁੰਦੀ ਆ, ਫਿਰ ਤੈਨੂੰ ਮਿਲੀ ਵੀ ਤੇਰੇ ਅੱਧ ਉਮਰ ਦੀ ਆ, ਇਹ ਵੀ ਦੇਖ। ਕਿਹਦੇ ਤਾਂ ਕੋਈ ਛਾਪਾਂ ਲਿਆ ਦੇ, ਕਿਹਦੇ ਆਖੂ ਮੈਂ ਪੈਰਾਂ ਵਾਲੀਆਂ ਉਹ ਲਿਆਉਣੇ ਸਿਉਣੇ ਦੀਆਂ, ਕਿਹਦੇ ਆਖੂ ਮੈਂ ਕੰਨਾਂ ਵਾਲੇ ਲਿਆਉਣੇ ਨਾ, ਕਿਹਦੇ ਆਖੂ ਮੈਂ ਸੂਟ ਲਿਆਉਣਾ, ਐ ਨੀ ਪਤਾ ਵੱਡੇ ਉਹਨਾਂ ਚ ਵਗ ਜੇ ਸ਼ੋਰੂਮਾਂ ਚ। ਅੱਛਾ ਬਾਲ ਮੈਨੂੰ ਪਤਾ ਹੈਗਾ, ਤੂੰ ਮੈਨੂੰ ਕੀ ਸਿਖਾਉਣਾ ਕਿਤੋਂ, ਤੂੰ ਬੈਗ ਹੈ ਨਾ ਤੈਨੂੰ ਉਦੋਂ ਪਤਾ ਲੱਗੂ। ਉਹ ਆਏ ਹੁਣ ਫਿਰ ਖਰਚੇ ਤਾਂ ਹੁੰਦੇ ਹੀ ਆ ਘਰ ਵਾਲੀਆਂ ਦੇ, ਬਾਲੇ ਜ਼ਿਆਦੇ ਕਰਾਉਂਦੀ ਆ ਨਜਾਇਜ਼। ਤੂੰ ਸ਼ੌਕਰ ਮਨਾ ਵੀ ਛੋਟੀ ਉਮਰ ਦੀ ਮਿਲ ਗਈ ਤੇ ਸੋਹਣੀ ਮਿਲ ਗਈ, ਖਰਚਿਆਂ ਦਾ ਠੀਕ ਆ। ਐਂ ਨੀ ਮੈਂ ਤੈਨੂੰ ਕਹਿੰਦਾ ਊਂ ਚੱਕ, ਉਹ ਮਾਮਾ ਗੁੱਸਾ ਤਾਂ ਕਰੀ ਨਾ, ਤੇਰੇ ਲੱਛਣ ਜਮਾਂ ਸੜਿਆ ਜਿਹੀ ਸੀਗੀ, ਇਹ ਤਾਂ ਤੈਨੂੰ ਮਨ ਲਾਵਾ ਕਰਮ ਹੀ ਚੰਗੀ ਸੀ ਜਿਹੜੀ, ਉਹ ਤਾਂ ਪਰਮਾਤਮਾ ਸਭ ਦਾ ਤਾਂ ਮੇਰੇ ਹਾਂ ਤੇ ਮੈਥੋਂ ਮੈਨੂੰ ਲੱਗਦਾ ਥੋੜੇ ਚਿਰ ਹੀ ਵੱਡੀ ਆ। ਹਾਂ ਥੋੜਾ ਆਪਣਾ ਚਿਰ ਵੱਡੀ ਹੋਊਗੀ ਤੇ ਤੇਰੀ ਉਮਰ ਦੇਖ ਤੂੰ ਗੱਲ ਕਰ। ਮੈਂ ਤੈਨੂੰ ਐਂ ਗੱਲ ਦੱਸਦਾ, ਤੂੰ ਪਿਆਰ ਨਾ ਰਿਹਾ ਕਰ, ਰੱਜ ਕੇ ਪਿਆਰ ਕਰਿਆ ਕਰ। ਮੈਂ ਲੜਾਈਆਂ ਚ ਕੀ ਆ, ਫੇਰ ਕੀ ਹੁੰਦਾ, ਖਰਚੇ ਤਾਂ ਹਰੇਕ ਹੀ ਹੁੰਦੇ ਆ। ਮੈਂ ਤਾਂ ਬਥੇਰਾ ਪਿਆਰ ਕਰਦਾ, ਇਹ ਦੂਜੇ ਬੰਦੇ ਵਾਸਤੇ ਤਾਂ ਬਾਹਲੀ ਚੰਗੀ ਆ ਕਿਤੇ ਭੈਣ ਭਈ ਆ ਜੇ। ਅੱਛਾ ਗੱਲ ਕਰ, ਮੇਰੇ ਨਾਲ ਕਲੇਸ਼ ਬਿਠਣ ਨੀ ਹਟਦੀ। ਤੂੰ ਉਹ ਨੀ ਕਰਦਾ ਹੋਣਾ, ਸਮਾਰ ਕੇ ਵਰਤਦਾ ਨੀ ਹੋਣਾ। ਉਹ ਮੈਂ ਤਾਂ ਬੜਾ ਤੈਨੂੰ ਕੀ ਦੱਸਾਂ, ਭੈੜਾ ਬੰਦਾ ਲੱਗਦਾ। ਮੈਂ ਤਾਂ ਬੜਾ ਭੈੜਾ ਬੰਦਾ ਵਾ, ਤੂੰ ਮੈਨੂੰ ਕੀ ਦੱਸਦਾ। ਲੱਗਦਾ ਤਾਂ ਹੈ ਨੀ ਤੇਰੇ ਚ ਕੋਈ ਤੰਤ ਜਾਂ, ਤੈਨੂੰ ਹੀ ਲੱਗਦਾ ਸੱਕ। ਅੱਛਾ ਨਾ ਨਾ, ਮੈਂ ਤਾਂ ਹੈਗਾ ਬਥੇਰਾ ਤਾਗੜਾ ਗਾ। ਮੈਂ ਤਾਂ ਕਰਦਾ ਕਰਦਾ ਨਾ ਕਰਦਾ ਵਧੀਆ, ਜੇ ਕਰਦਾ ਕੱਢੇਗਾ ਫੇਰ ਹੀ ਉਮਰ ਬਥੇਰੀ ਪਈ ਆ ਹਲੇ। ਮਾਮੀ ਨੂੰ ਵੀ ਖੁਸ਼ ਰੱਖਿਆ ਕਰ ਐਵੇਂ ਕੀ। ਤਾਹੀਂ ਤਾਂ ਫਿਰ ਆਪਾਂ ਪੈਸੇ ਤਾਂ ਨਹੀਂ ਜਵਾ ਦੇਣਾ, ਕਹਿ ਦਿੰਦੇ ਚੱਲ ਲਿਆ ਆਸਮਾਨ। ਫਿਰ ਕੀ ਹੁੰਦਾ, ਖਰਚੇ ਤਾਂ ਹਰੇਕ ਘਰ ਪਰ ਐਂ ਕਰ ਲੈਂਦੇ ਵੀ ਹੁਣ ਕਿਤੇ ਲੜੇ ਚ ਕੀ ਹੈ ਵੀ ਚੱਲ ਲਿਆ ਹੁੰਦੇ ਗੱਲ ਕਰ, ਫਾਏ ਵਾਲੇ ਖਰਚੇ। ਹੁਣ ਤਾਂ ਚੰਗੀ ਗੱਲ ਤੇ ਰੇ ਸੋਹਣੀ ਗਈ ਸਾਰਾ ਕੁਛ, ਉਹ ਦੂਜੇ ਬੰਦੇ ਨੂੰ ਪੂਰਾ ਚਾਹੁੰਦੀ ਆ ਭੈਣ ਭਾਈ। ਮੇਰਾ ਤਾਂ ਮੈਂ ਆਖਾ ਇੰਨਾ ਕੋਈ ਕੋਈ ਨੀ ਕਰਦਾ ਜਿੰਨਾ ਇਹਨੇ ਕੀਤਾ। ਨਾ ਨਾ ਐਂ ਤਾਂ ਭੈਣ ਭਾਈ ਦਾ ਪਾਏ ਨਾਲੇ ਘੱਟ ਹੀ ਆਇਆ ਜੀ। ਹਾਂ ਕਹਿੰਦੀ ਤੇਰਾ ਆਪਦਾ ਘਰ ਆ, ਕਿੰਨਾ ਮਰਜ਼ੀ ਚਿਰ ਰਹਿ ਨੇ ਹੁਣ
ਇੰਨਾ ਕੌਣ ਕਰਦਾ ਹੁੰਦਾ ਮਾਮਾ? ਹੁਣ ਤਾਂ ਕੋਈ ਕਰਦਾ ਨੀ, ਟਾਈਮ ਹੀ ਆਇਆ ਜਾ ਗਿਆ। ਅਗਲਾ ਦੇਖ ਲਾ, ਭਾਵੇਂ ਮਾਮਾ ਹੀ ਆਪਣਾ ਤਾਂ ਦੇਖ ਲਾ, ਮੋਹ ਪਿਆਰ ਕਿੰਨਾ ਗਾ। ਮੈਂ ਤਾਂ ਪਹਿਲੀ ਵਾਰੀ ਆਇਆ, ਦੂਜੇ ਗੁੜੀਆਂ ਨੀ ਨਾ ਕਰਦੇ ਹੁੰਦੇ। ਅਗਲਾ ਕਹਿ ਦਿੰਦਾ ਉਹਦੀ, ਉਹ ਤਾਂ ਵੀ ਕਿੱਥੋਂ ਬੇ, ਮਾਮੀ ਵੀ ਕਹਿ ਦਿੰਦੀ ਹਲੇ ਕਿੱਥੋਂ ਆ ਗਿਆ ਲਹੂ ਪੀਣਾ, ਹੁਣ ਇਹਦੀ ਸੇਵਾ ਕਰਨੀ। ਤੂੰ ਕਹਿੰਦੀ ਜਿੰਨਾ ਚਿਰ ਰਹਿਣਾ ਇੱਥੇ ਰਹਿ, ਤੇਰਾ ਆਪਦਾ ਘਰ ਆ, ਪੂਰੀ ਸੇਵਾ ਕਰੂੰਗੀ। ਮਾਮੀ ਤਾਂ ਇੰਨੀ ਚੰਗੀ ਆ। ਨਾ ਨਾ, ਉਹਨੂੰ ਮੈਂ ਦੱਸਿਆ ਮੈਂ ਮਹੀਨਾ ਇੱਥੇ ਰੱਖਾਂ, ਕਿਹਾ ਹੋਇਆ। ਨਹੀਂ, ਆ ਮੱਥੇ ਤੇ ਤਿਉੜੀ ਉਹੀ ਪਾ ਲੈਂਦੀ ਆ, ਉਹਦੀ ਡਿਊਟੀ ਆ ਨੇੜੇ, ਤੇ ਮਗਾ ਹੋ ਤੇ ਬਸ ਆ ਗੱਲੋਂ ਉਹ ਆ ਥੋੜਾ ਜਿਹਾ। ਉਹ ਐ ਤੂੰ ਖੁਸ਼ ਰਹਾ ਕਰ, ਨਾਲੇ ਖੁਸ਼ ਐ ਤਾਂ ਮੈਂ ਖੁਸ਼ ਰੱਖਦਾ ਹਾਂ ਤਾਂ ਆਪਣਾ ਆਲਮੀ ਦੇ ਕੋਈ ਘਾਟ ਨਹੀਂ। ਮੈਂ ਜਾਇਆ ਮਾ ਫਿਰ ਮਾੜਾ ਮੋਟਾ ਜਾਇਆ ਤੁਰ ਫਿਰਦੇ, ਕੋਈ ਵੀ ਕਰਦੇ ਆ ਕੋਈ ਹੱਲ ਖਾਣ ਪੀਣ ਦਾ ਵੀ, ਹੋਰ ਹੋਰ ਲਿਆਉਂਦੇ ਆ ਕੋਈ ਬੋਤਲ ਚੋਤਲ ਫੜ ਕੇ। ਮਸਾ ਤਾਂ ਆਇਆ ਤੂੰ ਪਹਿਲੀ ਵਾਰ। ਚੱਲ ਵਧੀਆ, ਸੌ ਗਿਆ ਸੀਗਾ ਰਾਣਾ ਸੱਚ ਕੀ ਪੂ? ਹੈ ਹਾਂ ਹਾਂ, ਦੇਖ ਕੇ ਆਇਆ ਸੁੱਤਾ ਪਿਆ ਗਾ ਪੈ ਗਿਆ। ਚੱਲ ਵਧੀਆ, ਉਹ ਮੁੰਡਾ ਤਾਂ ਸਿਆਣਾ ਗਾ ਹਨਾ। ਨਾ ਵਧੀਆ, ਨਰਮਾ ਨਰਮਾ ਗਾ। ਹੋਰ ਮੈਂ ਤਾਂ ਕਿਹਾ ਉਹਨੂੰ, ਕਹਿੰਦਾ ਸੀ ਕਹਿੰਦਾ ਮਾਮੀ ਕਹਿੰਦਾ ਮੈਂ ਕਦਾ ਦਿਨ ਹੀ ਰਹੂੰਗਾ, ਤੇ ਉਹਦੇ ਬਾਅਦ ਮੈਂ ਕਹਿੰਦਾ ਰੂਮ ਦੇਖ ਲੂੰਗਾ ਆਪਦਾ। ਮੈਂ ਆਖਾਂ ਨਾ, ਮੈਂ ਕਿਹਾ ਚੰਗਾ ਭਲਾ ਐਡਾ ਵੱਡਾ ਘਰ ਹੈਗਾ, ਮੈਂ ਕਿਹਾ ਹੋਰ ਪਾਸੇ ਰੂਮ ਦੇਖਣ ਦੀ ਕੀ ਲੋੜ ਆ, ਤੇਰੇ ਘਰ ਆ ਮਾਮਾ ਮਾਮੀ ਦਾ, ਮੈਂ ਕਿਹਾ ਇੱਥੇ ਹੀ ਰਹੀ ਤੂੰ। ਹਾਂ ਕਿਤੇ ਮਰਜ਼ੀ ਪਿਆਰ ਬੈਠਾ ਰਵੇ ਤੇ ਹੋਰ ਹੋਣਾ। ਤੇ ਨਾਲੇ ਮੈਂ ਤਾਂ ਕਾਇ ਕਹਿੰਦੀ ਸੀ ਤੇ ਵਿਆਹ ਹੈ ਵੀ ਨੀ ਹੈਗਾ ਹਨਾ, ਸਾਥ ਕਰਾ ਦੂੰਗੀ ਮੈਂ, ਹੈ ਕਿਥੋਂ, ਇੱਥੇ ਰੱਖ ਲਾਂਗੇ, ਇੱਥੇ ਰਹਿ ਬੂਆ ਤਾਂ ਗਈ ਆ ਤੇ ਹੋਰ ਹਨਾ। ਮੈਂ ਤਾਂ ਆਪ ਹੀ ਸੋਚਦੀ ਸੀਗੀ, ਨਾਲੇ ਮੈਂ ਕਿਹਾ ਮੇਰਾ ਜੀ ਲੱਗ ਜਾ ਕਰੂਗਾ, ਮੈਂ ਤਾਂ ਰਿਸ਼ਤਾ ਕਰਵਾ ਕੇ ਤਾਂ ਵਿਆਹ ਕਰਕੇ ਨਾ ਇੱਥੇ ਹੀ ਰੱਖ ਲੂੰਗਾ ਆਪਣੇ ਘਰੇ। ਨਾ ਇੱਥੇ ਰੱਖ ਲਾਂਗੇ ਤਾਂ ਨੀ, ਤੇ ਹੋਰ ਨਾਲੇ ਆਪਣਾ ਪਰਿਵਾਰ ਵੱਜ ਜਾਣਾਗਾ, ਹੋਰ ਨਾਲੇ ਆਪਣਾ ਜੀ ਲੱਗਿਆ ਰਹੋਇਆ ਗੁਰੂ ਇਹਨਾਂ ਨੂੰ। ਹੋਰ ਚਲ, ਰਾਤ ਵਾਲੀ ਹੋਈ ਪਈ ਹੈਗੀ, ਐ ਕਰ ਮੈਨੂੰ ਤਾਂ ਨੀਂਦ ਜੀ ਆਈ ਜਾਂਦੀ ਹੈਗੀ। ਹੈ ਪਾਇ ਜਾ ਫਿਰ ਤੂੰ, ਹੋਰ ਤੈਨੂੰ ਨੀ ਨੀਂਦ ਆਉਂਦੀ? ਮੈਂ ਤਾਂ ਜਪਿੰਦਰ ਝੱਟ ਨੂੰ। ਅੱਛਾ ਪਾਇ ਜਾਣਾ ਜਰੂਰ ਤਾਂ। ਚਲ ਕੋਈ ਕੀ ਹੋ ਗਿਆ ਕਿ ਤੂੰ ਤੁਹਾਡੇ ਘਰੇ ਦਾ ਕੁਝ ਹੈਗਾਗਾ? ਕਿਉਂ ਮੇਰਾ ਤਾਂ ਗੱਲ ਨੱਪਲਿਆ, ਮੈਂ ਤਾਂ ਪਿਆ ਸੀਗਾ। ਨਾ ਯਾਰ ਇੱਥੇ ਕੀ, ਇੱਥੇ ਤਾਂ ਕੋਈ ਭੂਤ ਪ੍ਰੇਤ ਹੈਗਾ ਮੈਨੂੰ ਨੀ ਪਤਾ। ਇੱਥੇ ਕੀ ਹੈਗਾ, ਅਸੀਂ ਰੋਜ਼ ਤਾਂ ਪੈਨੇ ਆਗੇ, ਉਧਰਲੇ ਬੈਡਰੂਮ ਚ ਪਿਆ ਸੀਗਾ, ਮੇਰਾ ਤਾਂ ਗੱਲ ਨੱਪਲਿਆ। ਕਮਾਲ ਹੋ ਗਈ, ਖੌਖਾ ਆ। ਪਾਣੀ ਲਿਆ ਕੇ ਦਮਾ, ਪਾਣੀ ਦੇ ਤਾਂ ਮਾਂ ਮੈਂ ਨਹੀਂ ਉਧਰ ਪੈਣਾ, ਚੱਲ ਇੱਥੇ ਪਊਂਗਾ। ਚੱਲ ਕੋਈ ਗੱਲ ਨੀ, ਤੂਰੇ ਪੈ ਜਾ ਫਿਰ, ਜਵਾਕ ਵਾਲੀ ਗੱਲ ਨੀ ਕਰਦੇ ਹੁੰਦੇ। ਓਹੋ ਫਿਰ ਕੀ ਹੋ ਗਿਆ? ਉਹ ਤੇ ਕੁਛ ਨਹੀਂ ਹੈਗਾ, ਤੈਨੂੰ ਹੀ ਸ਼ੱਕ ਪਿਆ। ਮੈਂ ਤੜਕੇ ਨੂੰ ਮਰ ਜਾਊਂਗਾ। ਮੇਰੀ ਗੱਲ ਸੁਣੋ, ਮੈਂ ਤਾਂ ਰੋਜ਼ ਉਹੀ ਪਿਆ ਰਹਿਣਾ, ਮੈਨੂੰ ਤਾਂ ਕਿਤੇ ਕੁਛ ਨੀ ਟੁੱਟਿਆ। ਗੱਲ ਤਾਂ ਸੁਣ ਲੋ, ਕੋਈ ਗੱਲ ਨੀ, ਜਵਾਕ ਆ ਪੈ ਜਾਣ ਤੇ ਡਰਿਆ ਉਧਰ, ਡਰ ਲੱਗਦਾ ਕੱਲੇ ਨੂੰ, ਇਹਨੂੰ ਨਿਆਣਾ ਗਾ ਕੋਈ ਨਾ। ਉਹ ਨਿਆਣਾ ਦਾ ਹੁਣ ਇਹ ਨਿਆਣਾ ਗਾ ਤੇ ਹੋਰ, ਹੁਣ ਮੂੰਹ ਦੇਖਦਾ ਕਿਵੇਂ ਹੋਰ ਡਰੀ ਤੇ ਜਾਂਦਾ ਜਵਾਕ। ਮੈਂ ਤਾਂ 20 ਸਾਲਾਂ ਦਾ ਘੱਟੋ ਘੱਟ, ਹੁਣ ਕੋਈ 5-10 ਸਾਲਾਂ ਦਾ ਹੈ ਨੀ। ਫੇਰ ਕੀ ਹੋ ਗਿਆ ਮਾਮਾ ਜੀ, ਇੱਥੇ ਪੈ ਜੂਗਾ? ਕੋਈ ਗੱਲ ਨੀ, ਉਹ ਕੁਛ ਨੀ ਮਗਾ ਉੱਥੇ ਹੈਗਾ। ਨਾ ਮੈਂ ਪੈ ਜਾਣਾ ਤੇਰੇ ਕੋਲ ਇੱਥੇ, ਚਲ ਰੋਜ ਤਾਂ ਨੀ ਡਰਿਆ ਕਰੂਗਾ ਉੱਥੇ। ਚਲ ਕੋਈ ਗੱਲ ਨੀ, ਫਿਰ ਅੱਜ ਦਾ ਦਿਨ ਤਾਂ ਪੈ ਜਾਣ ਦੇ, ਜਵਾਕ ਡਰਿਆ ਹੋਇਆਗਾ ਕਿਹੜੀ ਗੱਲ। ਚਲ ਕੋਈ ਗੱਲ ਨੀ, ਪੈ ਜਾਣ ਦੇ। ਉੱਥੇ ਕੀ ਹੈਗਾ, ਕੁਛ ਨੀ ਹੈਗਾ ਉੱਥੇ।
ਚਾਰ ਤੇਰੇ ਮੈਂ ਛੱਡ ਕੇ ਤੁਸੀਂ ਫਿਰ ਮੰਨਦੇ ਨੀ ਹੈਗੇ ਮੇਰੀ ਗੱਲ ਛੱਡ ਸਰਾਣਾ ਆ ਹੈਗਾ ਵਿਚਾਲੇ ਸਰਾਣਾ ਮਾਮਾ ਮੈਂ ਤਾਂ ਵਿਚਾਲੇ ਪਊਂਗਾ ਕਿਆ ਇੱਥੇ ਨਹੀਂ ਹੁੰਦਾ ਮੈਨੂੰ ਫੇਰ ਸਾਈਡ ਤੇ ਆ ਗਿਆ ਮੈਨੂੰ ਡਰ ਲੱਗਦਾ ਗਾ ਉਹ ਤੈਨੂੰ ਮੈਂ ਬਾਹ ਫੜ ਕੇ ਪੈ ਜਾਂਦਾ ਲੈ ਤੇਰੀ ਉਹ ਮੈਨੂੰ ਜੇ ਇੱਥੇ ਕੋਈ ਸਾਈਡ ਸੂਰ ਤੇ ਕੋਈ ਚੱਕ ਕੇ ਲੈ ਗਿਆ ਮੇਰਾ ਗਲ ਘੋੜ ਗਿਆ ਫੇਰ ਆਏ ਸੀ ਦੋ ਜਣੇ ਸੀ ਪਾਏ ਕੋਲੇ ਆਏ ਕਿਵੇਂ ਲੈ ਜੂ ਸਾਈਡ ਤੇ ਹੈਦਰ ਪੈ ਜਾਓਗੇ ਤੂੰ ਤਾਂ ਯਾਰ ਬੜੀ ਹਿੰਡ ਫੜੀ ਆ ਹੈਦਰ ਮੂੰਹ ਕਰਕੇ ਤੂੰ ਤਾਂ ਮੌਜਾਂ ਨਾਲ ਪੈ ਜਾਏਗਾ ਚੱਲ ਕੋਈ ਨਹੀਂ ਉਹ ਨਹੀਂ ਕਰਦਾ ਮੂੰਹ ਤੇਰੇ ਹੁਣ ਮੈਂ ਬਚਾਲੇ ਪਊਂਗਾ ਜੇ ਬਚਾਲੇ ਤੁਸੀਂ ਆਸੇ ਪਾਸੇ ਤਾਂ ਹੈਗੇ ਹੋ ਮੇਰੇ ਹੁਣ ਤਾਂ ਡਰ ਲੱਗਦਾ ਬਸ ਕੋਈ ਗੱਲ ਨੀ ਚੁੱਪ ਕਰਕੇ ਪੈ ਜਾ ਕੋਈ ਨਾ ਇੱਧਰ ਮਾਮੇ ਦਾ ਤਾਂ ਸੁਭਾਅ ਹੀ ਏਦਾਂ ਦਾ ਤੈਨੂੰ ਪਤਾ ਤਾਂ ਹੈਗਾ ਮਾਮਾ ਦਾ ਵਿਆਹ ਮੰਗੂ ਪੈਂਦਾ ਮੈਨੂੰ ਕੋਈ ਗੱਲ ਨੀ ਬਸ ਸੌਂ ਜਾ ਚੁੱਪ ਕਰ ਸਾਫ ਕਰਕੇ ਆਉਣਾ ਯਾਰ ਮਾਮਾ ਮਾਮਾ ਕਹੇ ਜੀ ਨੀਂਦ ਚ ਸੁੱਤਾ ਗਾ ਯਾਰ ਮੈਂ ਹੁਣ ਕੱਲਾ ਕੇ ਮੰਮੀ ਮਾਮੀ ਕੀ ਹੋ ਗਿਆ ਮੈਂ ਸਾਫ ਕਰਕੇ ਆਉਣਾ ਗਾ ਫਿਰ ਕੀ ਹੋਗਾ ਕਿ ਭੂ ਭਾਗ ਜਾ ਬਾਹਰ ਖੋਲ ਕੇ ਮੈਂ ਨਹੀਂ ਕੱਲਾ ਜਾਂਦਾ ਉੱਪਰਾ ਘਰ ਆ ਓਹੋ ਮੈਨੂੰ ਤਾਂ ਲੱਗਦਾ ਤੂੰ ਜਮੀ ਹੱਦ ਕਰੀ ਜਾਂਦਾ ਤੇਰਾ ਮਾਮਾ ਸਹੀ ਕਹਿੰਦਾ ਗਾ ਇੰਨਾ ਵੀ ਤੂੰ ਨਿਆਣਾ ਨਹੀਂ ਹੈਗਾ ਮਾਮੀ ਜੇ ਤੇਰਾ ਗੱਲ ਫੜਿਆ ਹੁੰਦਾ ਤੈਨੂੰ ਫੇਰ ਪਤਾ ਲੱਗਦਾ ਚੰਗਾ ਚੱਲ ਕੋਈ ਗੱਲ ਨੀ ਉਪਰੇ ਥਾਂ ਆ ਨਾ ਤੂੰ ਪਹਿਲੀ ਵਾਰੀ ਤੈਨੂੰ ਡਰ ਲੱਗਦਾ ਆ ਜਾ ਚੱਲ ਮੇਰਾ ਤਾਂ ਸੀ ਤੇ ਨਿਕਲ ਆ ਜਦੋਂ ਗਾ ਮੈਨੂੰ ਪਤਾ ਸਾਹ ਮਸਾ ਆਇਆ ਭੱਜ ਕੇ ਮੈਂ ਆਇਆ ਮਸਾ ਚੱਲ ਕੋਈ ਨੀ ਆ ਜਾ ਮੇਰੇ ਨਾਲ ਚੱਲਦੇ ਲੈਟਾਂ ਲਾ ਲੈਂਦੇ ਬਾਰੇ ਇੱਥੇ ਕੋਈ ਨੀ ਜੀ ਨਾ ਹੋਏ ਮੈਂ ਕਿੱਧਰ ਲੈ ਕੇ ਭੱਜ ਗਿਆ ਮੈਂ ਤਾਂ ਲੈ ਲਊਂ ਲੈ ਕੇ ਭੱਜ ਗਿਆ ਹੋਵੇ ਕਿਹੜਾ ਭਾਣ ਜਾ ਮੈਂ ਤਾਂ ਲੈ ਲਾ ਹੋਰ ਸਿਆਪਾ ਕਰਤਾ ਹੁਣ ਦੇਖ ਕੇ ਆਉਣਾ ਪਊਗਾ ਕਿੱਧਰ ਲੈ ਕੇ ਉੱਟ ਗਿਆ ਬੜਾ ਮਾਰੇ ਮੈਂ ਤਾਂ ਲੈ ਲਾ ਭਾਣ ਜਾ ਮੂੰਹ ਹੀ ਆਇਆ ਸੀ ਗੱਲੋਂ ਆਇਆ ਸੀ ਚੱਲ ਬਾਹਰ ਡਾਦਾ ਮੈਂ ਤੂੰ ਉੱਠਿਆ ਨੀ ਹਰ ਕੇ ਚੱਲ ਮੈਂ ਵਗ ਚੱਲਦੀ
ਘੰਟੇ ਤਾਂ ਦੇਖਿਆ ਮੈਂ ਤਾਂ, ਮਾਂ ਕਿੱਧਰ ਉੱਡ ਗਏ? ਘੰਟਾ ਕਿੱਥੋਂ ਹੋ ਗਿਆ, 5 ਮਿੰਟ ਤਾਂ ਹੋਏ ਹੈਗੇ। ਚਲੋ ਬਾਬੂ ਯਾਰ ਕੇ ਅੱਧੀ ਰਾਤ ਮੈਂ ਹੁਣ ਮਾਮੀ ਨੂੰ ਕਿੱਧਰ ਲੈ ਜਾਊਂਗਾ? ਜਵਾਕ ਜੀ ਨੂੰ ਪੁੱਛ ਕੇ ਯਾਰ ਕਿੱਧਰ ਗਿਆ ਜਵਾਕ ਜੀ? ਅੱਜ ਕੱਲ ਟਾਈਮ ਮਾੜਾ ਹੀ ਆ ਜਵਾਕ ਜੀ, ਮੈਨੂੰ ਖਰਾਬ ਹੀ ਰੱਤ ਲੱਗਦਾ ਇਹਦਾ। ਇਹਨੂੰ ਪਹਿਲਾਂ ਭੇਜ ਕੇ ਆਪਾਂ ਫਿਰ ਹੀ ਜਾਵਾਂਗੇ। ਅੱਜ ਕੱਲ ਦੁਨੀਆਦਾਰੀ ਇਹੀ ਜਿਹੀ ਹੋ ਰਹੀ ਹੈ, ਕੌਣ ਮਾਮੀ ਮੂਮੀ ਨੂੰ ਦੇਖਦਾ? ਅੱਜ ਕੱਲ ਤਾਂ ਕੋਈ ਜਾਤਾਂ ਪਤਾ ਨੀ ਦੇਖਦਾ, ਲੈਣਾ ਆ ਬੈਠਾ। ਉਹ ਕਿਵੇਂ ਛੇ ਵਗਿਆ? ਵਧੀਆ ਮਾਮਾ, ਆ ਜਾ ਆ ਜਾ। ਮਾਮਾ ਤਾਂ ਆਉਂਦਾ ਜਮਾ, ਕੱਪੜਿਆਂ ਤੋਂ ਬਾਹਰ ਹੀ ਹੋਇਆ ਬੈਠਾ। ਉਹ ਕੱਪੜਿਆਂ ਤੋਂ ਬਾਹਰ ਤਾਂ ਕਿੱਥੇ ਹੋ ਰਿਹਾ? ਇੱਥੇ ਤਾਂ ਸਾਡੇ ਬੁੜੀਆਂ ਬੜੀਆਂ ਰਹਿੰਦੀਆਂ, ਐਂ ਕਰਕੇ ਤਾਂ। ਉਹ ਫਿਰ ਮੈਂ ਕਿਹੜਾ ਮਾਮਾ ਯਾਰ, ਜਮਾ ਕੱਪੜ ਬਹਿਤਾ ਜਾ ਤੂੰ ਪਹਿਲਾਂ। ਕੋਈ ਗੱਲ ਨੀ, ਮੈਂ ਕਿਹੜਾ ਜਮਾ ਕੱਪੜੇ ਲਾ ਹੀ ਬੈਠਾਂਗਾ। ਬਣੈਣ ਪਾਈ ਆ ਮਰੇ, ਸ਼ਰਟ ਪਾਉਂਦਾ ਸੀ ਹੁਣ। ਇੱਥੇ ਤਾਂ ਸਾਡੇ ਨਾ ਭੂਤ ਪ੍ਰੇਤ ਭਰਾਵਾਂ ਰਹਿੰਦੇ ਬਾਲੇ, ਕੋਈ ਕਾਂਵਰੇ ਕਾਂਵਰੇ ਕੋਈ ਹੋਰ ਹੱਲ ਕਰਨਾ, ਬਾਲ ਜ਼ਿਆਦੇ ਰਹਿੰਦੇ ਨੇ ਇੱਥੇ ਤਾਂ। ਕੋਈ ਨਾ ਜਾਣੀ ਨੁਕਸਾਨ ਹੋਏ। ਕਿਉਂ ਮਾਮਾ ਬਹਾਨੇ ਬਣਾਉਣਾ ਯਾਰ, ਤੂੰ ਹੀ ਕਹਿ ਦੇ ਵੀ ਵਗ ਜਾ ਸਾਡੇ ਘਰੋਂ। ਬਹਾਨੇ ਨੀ, ਤੂੰ ਫਿਰ ਉਹਦੇ ਮਾਮੀ ਨੇ ਵੀ ਕਿਹਾ ਸੀ, ਜਿੱਦੇ ਤੁਹਾਡੇ ਕੋਲੇ ਪਿਆ ਸੀ ਮੈਂ, ਮਾਮੀ ਕੋਲ ਪਿਆ ਸੀਗਾ, ਤੇ ਤੂੰ ਵੀ ਕਹਿੰਦਾ ਸੀ, ਕਹਿੰਦਾ ਊਂ ਹੀ ਇੱਥੇ ਭੂਤ ਪਰੇਤ ਕੌਣ ਆ, ਕੁਛ ਨੀ ਹੈਗਾ, ਤੂੰ ਤਾਂ ਆਪ ਕਿਹਾ ਸੀ, ਹੁਣ ਤੂੰ ਆਹ ਬਹਾਨੀ ਆ। ਨਹੀਂ ਬਹਾਨੇ ਨੀ ਹੈਗੇ, ਤੂੰ ਕਹਿੰਦਾ, ਤੂੰ ਕਹਿੰਦਾ ਮੇਰੇ ਗੱਲ ਦੱਬ ਲਿਆ। ਉਹ ਐਂ ਤਾਂ ਚਾਂਸ ਹੋ ਜਾਂਦਾ, ਫਿਰ ਉਹੀ ਗੱਲ ਕਰਦਾ ਹੁਣ। ਉਧਰ ਪੈ ਜਾ ਕਰੂ ਮੈਂ, ਕਿੱਡੀ ਕੁ ਗੱਲ ਆ, ਉਧਰ ਪੈ ਜਾ ਕਰੂ ਸੁਣਦੇ ਲਵੇਂਗਾ ਤੇ ਤੂੰ ਡਿਊਟੀ ਜਾਏਗਾ? ਅੱਜ ਤਾਂ ਛੁੱਟੀ ਆ। ਛੁੱਟੀ ਅੱਜ? ਹਾਂ, ਮੈਂ ਤਾਂ ਨਹੀਂ ਜਾਏਗਾ ਡਿਊਟੀ। ਨਾ ਨਾ, ਅੱਜ ਤਾਂ ਛੁੱਟੀ ਆ, ਮੈਂ ਘਰ ਹੀ ਰਹੂੰਗਾ। ਅੱਛਾ, ਕਿਉਂ ਕਾਹਤੋਂ, ਕਿਵੇਂ ਸੀਗਾ? ਉਹ ਮੈਂ ਵੀ ਕੰਮ ਜਾ ਕੇ ਆਉਣਾ ਸੀ ਯਾਰ। ਫਿਰ ਵਗ ਜਾ, ਮੈਂ ਕੀ ਕਹਿਣਾ ਗਾ, ਮੇਰੇ ਕੰਮ ਤੋਂ ਕੀ ਆ ਤੁਹਾਨੂੰ, ਮੈਂ ਘਰੇ ਰਹਿ ਪਊਗਾ। ਉਹ ਤਾਂ ਕੋਈ ਗੱਲ ਫਿਰ ਰਹਿ ਪਾ, ਹਰੇ ਤਾਂ ਧਿਆਨ ਨਾਲ ਰਹੀ ਤਾਂ ਤੇਰਾ ਕੋਈ ਗੱਲ ਨੀ। ਧਿਆਨ ਨਾਲ ਰਹੀ? ਹਾਂ, ਇਹ ਕੀ ਮਤਲਬ ਆ ਤੇਰਾ ਮਾਮਾ? ਵੀ ਊਂ ਕਹਿਣਾ ਵੀ ਧਿਆਨ ਨਾਲ ਰਹੀ, ਵੀ ਧਿਆਨ ਰੱਖੀ ਮਾੜਾ ਜਿਹਾ ਕਰਦਾ। ਪੌਜ ਕਰੀ ਇੱਥੇ, ਬਸ ਪੌਜ ਨਾ ਕਰੀ ਤੂੰ ਕਦੇ ਤੇਰੀ ਮਾਂ। ਧਿਆਨ ਨਾਲ ਕਿਵੇਂ, ਕੀ ਕਹਿਣਾ ਮਤਲਬ, ਇਹਦਾ ਮਤਲਬ ਕੀ ਆ ਤੇਰਾ? ਵੀ ਤੇਰੀ ਮਾਮੀ ਕੱਲੀ ਆ ਘਰੇ, ਸਮਝਿਆ ਨੀ ਤੂੰ, ਇੰਨਾ ਮੁਲਾਜ਼ਮ ਬੰਦਾ ਸਮਝ ਗਿਆ, ਕਿੱਥੋਂ ਬੋਲਦਾ ਤੂੰ ਫਿਰ ਯਾਰ? ਮੈਂ ਤੈਨੂੰ ਇਹੋ ਜਿਹਾ ਤੂੰ ਲੱਗਦਾ ਯਾਰ ਮਾਮਾ। ਓਹੋ, ਮੈਂ ਤੈਨੂੰ ਗਲਤ ਤਾਂ ਨੀ ਕਹਿੰਦਾ? ਕੋਈ ਨਾ ਕਰ, ਤੂੰ ਤਾਂ ਯਾਰ ਜਮੀ ਲੱਸੀ ਕਰੀ ਜਾਂਦਾ ਗਾ ਘਰੇ ਆਏ ਦੀ। ਉਹ ਲੱਸੀ ਨੀ ਕਹਿੰਦਾ, ਮੈਂ ਤੈਨੂੰ ਇਹੀ ਆਖਿਆ ਵੀ ਤੇਰੀ ਮਾਮੀ ਕੱਲੀ ਆ ਘਰੇ, ਧਿਆਨ ਨਾ ਰਹੀ। ਕੋਈ ਨਾ, ਧਿਆਨ ਨਾਲ ਰਹੀ ਫਿਰ। ਐਂ ਕਾਹਤੋਂ ਲਾ, ਮੈਂ ਤੈਨੂੰ ਇੰਨਾ ਚੰਗਾ ਮੁੰਡਾ ਮੈਂ ਸਿਆਣਾ ਗਾ, ਮੈਨੂੰ ਪਤਾ ਤੇਰਾ ਸਿਆਣੇ। ਹੁਣ ਮਾਮੀ ਨੂੰ ਕਿਹੜਾ ਮੈਂ ਖਾਣ ਲੱਗ ਰਿਹਾਗਾ? ਤੂੰ ਅੱਜ ਕੱਲ ਬੁੜੀਆਂ ਦਾ ਵੀ ਨੀ ਪਸੰਦ ਜਾਣਾ। ਹਾਂ ਓਏ ਮਾਮਾ, ਕਾਹੇ ਜੀ ਗੱਲਾਂ ਕਰਦਾ ਤੂੰ, ਵਾਰੀ ਨੀ ਹੁੰਦੀ। ਉਹ ਮਾਮੀ ਇਹੋ ਜਿਹੀ ਨੀ ਹੈਗੀ, ਪਤਾ ਹੀ ਨੀ ਹੁੰਦਾ ਮਾਂ ਕਰੋਂ ਉਗੜਦੀ ਆ ਕੀ ਬਣਦਾ। ਉਹ ਨਾ ਨਾ ਮਾਮਾ, ਤੂੰ ਵਾਧੂ ਹੀ ਸੋਚਦਾ। ਚੱਲ ਗੱਲ ਤਾਂ
ਕਿਹੜੀਆਂ ਕੋਈ ਪੱਕੇ ਰੰਗ ਨਹੀਂ ਆਉਂਦੇ ਆ, ਉਹ ਸੋਹਣੇ ਮੁੰਡੇ ਨਾਲ ਉੱਡੇ ਜਾਂਦੇ ਆ, ਵੱਜਦੇ ਨਾ ਕਾਲੇ ਨਾਲ, ਸੋਹਣੇ ਰੰਗ ਨਾਲ ਕਾਲੇ ਨਾਲ ਉੱਡੇ ਜਾਂਦੇ ਆ। ਹੁਣ ਕਾਲੇ ਗੋਰੇ ਦਾ ਤਾਂ ਕੋਈ ਦੇਖਦੀ ਨੀ, ਕਿਹੜਾ ਕਿਹਦੇ ਨਾਲ ਨਿਕਲ ਕੇ ਵਗ ਜਾ। ਉਹ ਮੈਂ ਨੀ, ਕੋਈ ਨਾ ਮਾਮੀ ਇੱਥੇ ਰਹੂਗੀ, ਕੋਈ ਨਾ ਮੈਂ ਏਡੀ ਲੈ ਕੇ ਪਾ। ਐ ਤਾਂ ਮੈਂ ਚੇਤਾ ਲਾਉਂਦਾ ਨੀ ਮੁੜਿਆ, ਤਾਂ ਮੈਂ ਹੁਣੇ ਆਉਂਗਾ। ਮੈਨੂੰ ਪਤਾ ਤੂੰ ਲੋਕਾਂ ਵਿਚਾਲਿਆਂ ਦੀ ਕੱਢ ਗਿਆ ਗੱਲ। ਨਹੀਂ ਨਹੀਂ ਲੋਕਾਂ ਵਿਚਾਲਿਆਂ ਦੀ ਨਹੀਂ। ਕੋਈ ਨਾ ਜਾ ਬਾਈ ਜਾਨ, ਚੇਤਾ ਹੋ ਕੇ ਇਹ ਜਾਣੀ ਹੈਗਾ ਮੈਂ। ਕੋਈ ਗੱਲ ਨੀ, ਉਹ ਪਤਾ ਨੀ ਕਿੱਧਰ ਗਈ ਹੈ। ਕੰਮ ਕਰਦੀ ਫਿਰਦੀ ਹੋ? ਪਤਾ ਹੀ ਨਹੀਂ ਉਹਦਾ। ਲੈ ਓਏ ਮਾਮਾ ਤਾਂ ਬੜਾ, ਵੀ ਹਜੇ ਮੈਂ ਮਾਮੀ ਨੂੰ ਖਾਣ ਲੱਗ ਰਿਹਾਗਾ। ਕਹਿੰਦਾ ਕੱਲੀ ਆ ਤੇਰੀ ਮਾਮੀ ਘਰੇ, ਮਾੜਾ ਜਿਹਾ ਦੇਖ ਕੇ ਰਹੀ ਵੀ ਮੈਂ ਮਾਮੀ ਨੂੰ ਚੁੰਬੜਦਾ ਤਾਂ ਨਹੀਂ ਹੈਗਾ। ਯਾਰ ਮਾਮਾ ਤੇਰੀ ਵੀ ਸੋਚ ਨੂੰ ਸਲਾਮ ਹੀ ਆ। ਦੇਖ ਵਿੱਚ ਦੀ ਗੱਲ ਕੱਢ ਗਿਆ ਲੈ, ਕਹਿੰਦਾ ਨਾ ਕਾਲੇ ਪੂਲੇ ਦੇਖਦੇ ਆ, ਗੋਰੇ ਸੋਹਣੀਆਂ ਕੁੜੀਆਂ। ਅੱਛਾ ਤੂੰ ਮੈਨੂੰ ਕਹਿੰਦਾ ਤਾਂ ਮੈਨੂੰ ਸੀ ਵੀ ਮੈਂ ਹੁਣ ਮਾਮੀ ਨੂੰ ਭਜਾਉਣ ਲੱਗ ਰਿਹਾ। ਯਾਰ ਜਾ ਯਾਰ, ਮਾਮੀ ਨੂੰ ਦੱਸਣ ਦੇ ਮੈਨੂੰ ਵੀ ਇਹ ਜਿਹਾ ਮਾਮਾ, ਤੇਰਾ ਮਾਮਾ ਇਹ ਜਿਹਾ ਗਾ ਤੇਰਾ ਘਰ ਆ। ਹਾਂ ਹਾਂ ਠੀਕ ਹੈ, ਚੱਲ ਠੀਕ ਹੈ, ਚੰਗਾ ਨਹੀਂ ਮੈਂ ਤਾਂ ਕੰਮ ਪਏ ਭੈਣੇ। ਹੋਰ ਚੰਗਾ, ਲੈ ਇਹ ਤਾਂ ਵੱਗ ਗਿਆ ਹੋਊਗਾ, ਦੇਖਾਂ ਕੀਪੂ ਕੱਲਾ ਬੈਠਾ ਹੋਊਗਾ, ਮਾਰਾਂ ਦੋ ਗੱਲਾਂ ਉਹਦੇ ਨਾਲ। ਜਾਵਾਂ, ਫੋਨ ਵੀ ਲੈ, ਚਾਰਜ ਹੀ ਲਾ ਦੂੰਗੀ ਸੱਚ। ਆ ਕਿਹਦੀ ਹੋਰ ਮਿਸ ਕਾਲ ਆਈ ਪਈ ਹੈ, ਚੱਲ ਛੱਡ ਖੜਾ ਫੇਰ ਹੀ ਦੇਖੂੰਗੀ। ਆ ਕਿਹਦੀ ਮਿਸ ਕਾਲ ਆਈ ਪਈ ਹੈ, ਕੀ ਹੋ ਗਿਆ ਕੀਪੂ? ਕੀ ਹੋ ਗਿਆ ਸ਼ਰਟ ਨੂੰ? ਪੀੜੀ ਆ ਮੰਮੀ ਯਾਰ, ਹੋਰ ਸ਼ਰਟ ਪਈ ਆ ਮੇਰੀ ਹੱਥ ਦੇ। ਲੈ ਅਚਾ ਲੈ ਲੈ ਟੀ ਸ਼ਰਟ, ਚਲਾ ਖੁੱਲੀ ਜਿਹਾ ਪਾ ਲਾ। ਕੀ ਹੋ ਗਿਆ? ਐਂ ਕੋ ਤਾਂ ਕੰਮ ਰਿਹਾ ਯਾਰ, ਮੇਰਾ ਉਹ ਪੈਕ ਕਰ ਦੇ ਕਿੱਟ, ਕੱਪੜੇ ਪਾ ਦੇ ਸਾਰੇ, ਮੈਂ ਤਾਂ ਜਾਣਾਗਾ। ਕਿਉਂ ਕੀ ਗੱਲ ਹੋ ਗਈ? ਉਹ ਯਾਰ ਕੀ ਦੱਸਾਂ ਉਹ ਮਾਮਾ ਯਾਰ, ਮੈਂ ਹੁਣ ਦੱਸ ਇੱਥੇ ਮਾੜਾ ਹੋ ਕੇ ਰਹਿਣਾਗਾ। ਕਿਉਂ ਕੀ ਕਹਤਾ ਤੈਨੂੰ ਇਹ ਜਾਉਣਾ ਹੈ? ਕਹਿੰਦਾ ਅੱਜ ਤੂੰ ਜਾਂਦਾ ਨਹੀਂ, ਮੈਂ ਕਿਹਾ ਮੈਂ ਛੁੱਟੀ ਆ। ਫਿਰ ਤੇ ਕਹਿੰਦਾ ਵਗ ਜਾਂਦਾ ਤਾਂ ਵਧੀਆ ਸੀਗਾ, ਕਿਸੇ ਹੋਰ ਪਾਸੇ ਵਗ ਜਾ। ਕਹਿੰਦਾ ਘਰੇ ਰਹੇਗਾ, ਘਰੇ ਤੇਰੀ ਇਕੱਲੀ ਮਾਮੀ ਆ। ਮੈਂ ਕਿਹਾ ਮੈਂ ਮਾਮੀ ਨੂੰ ਖਾਣ ਲੱਗ ਰਿਹਾਗਾ, ਗੱਲਾਂ ਕਹੀਆਂ ਕਰਦਾਗਾ। ਮੈਂ ਤਾਂ ਆਈ ਆ, ਕਹਿੰਦਾ ਦਿਮਾਗ ਹੀ ਖਰਾਬ ਹੈਗਾ ਵੀ ਦੱਸ ਮੈਂ ਇੱਥੇ ਮਾੜਾ ਹੋ ਕੇ ਰਹਿਣਾ। ਤੇ ਲਹੂ ਪੀ ਰੱਖਿਆ ਗਾ, ਬਸ ਤੂੰ ਟੈਨਸ਼ਨ ਨਾ ਲੈ, ਕੋਈ ਗੱਲ ਨੀ ਮੈਂ ਆਪੇ ਗੱਲ ਕਰ ਲੂੰਗੀ। ਹੋਣਾ ਸੱਕ ਦੂਜਿਆਂ ਤੇ ਆ, ਆਪ ਹੀ ਬੇਕਾਰ ਆ ਗਾ ਹੈ ਇਹ ਜਾਇਦਾ। ਲੈ ਮੈਂ ਤਾਂ ਫੋਨ ਤੇ ਗੱਲ ਕਰਕੇ ਹਟੀ ਸੀ, ਮੈਂ ਆਖਾਂ ਲੈ ਮੈਂ ਕੀਪੂ ਨੇ ਦੋ ਗੱਲਾਂ ਮਾਰਦੀਆਂ, ਮੈਂ ਕਿਹਾ ਬੈਠਾ ਹੋਊਗਾ। ਗੱਲਾਂ ਗੱਲਾਂ ਚ ਮੈਂ ਤੈਨੂੰ ਹੁਣ ਕੀ ਦੱਸਿਆ? ਕਹਿੰਦਾ ਅੱਜ ਕੱਲ ਕਾਲੇ ਗੋਰੇ ਕੋਈ ਕੁੜੀ ਗੋਰੀ ਦੇਖਦੀ ਨੀ, ਕਦੋਂ ਮਾਣਾ ਤਿਲਕ ਜੇ ਕਹਿੰਦਾ ਉਹਦੀ ਭੱਜ ਜਾਂਦੇ ਆ। ਹੁਣ ਮੈਨੂੰ ਕਿਹਾ ਗਾ ਗੱਲਾਂ ਚ ਤਾਂ ਮੈਨੂੰ ਕਿਹਾ ਗਾ, ਚੱਲ ਸਿੱਧੇ ਮੂੰਹ ਤਾਂ ਨਹੀਂ ਕਿਹਾ। ਕਹਿੰਦਾ ਤੈਨੂੰ ਸੁਪਨੇ ਸਾਪਣੇ ਆਉਂਦੇ ਆ, ਇੱਥੇ ਭੂ ਉਹ ਉਦੇ ਡਰ ਨੀ ਗਿਆ ਸੀ? ਕਹਿੰਦਾ ਇੱਥੇ ਬਾਲੇ ਵੱਡੇ ਭੂਤ ਨੇ, ਆਪੇ ਗੱਲ ਕਰੂ ਤੇਰੇ ਮਾਮੇ ਨਾਲ। ਤੂੰ ਕਰ ਲਈ ਬਸ, ਮੈਂ ਹੁਣ ਮਨ ਬਹੁਤ ਦੁਖੀ ਹੋ ਰਿਹਾ। ਬਸ ਤੂੰ ਟੈਨਸ਼ਨ ਨਾ ਲੈ, ਕੋਈ ਗੱਲ ਨੀ ਮੈਂ ਆਪੇ ਗੱਲ ਕਰ ਲੂੰਗੀ, ਤੂੰ ਆਪਦਾ ਇੱਥੇ ਰੈਸਟ ਕਰ। ਅੱਜ ਹੁਣ ਡਿਊਟੀ ਤੇ ਜਾਣਾ ਨੀ ਫਿਰ? ਛੁੱਟੀ ਸੀ। ਅੱਛਾ ਕੋਈ ਗੱਲ ਨੀ, ਸਾਰੇ ਮੂਡ ਦੀ ਸਤਿਆਨਾਸ਼ ਕਰਕੇ ਰੱਖਦੀ ਪਿਆ ਹੋਵੇ, ਉਹ ਤਾਂ ਆਦਤ ਹੀ ਇਹ ਜਿਹੜੀ ਤੂੰ ਕੱਟੀ ਜਾਂਦੀ ਆ। ਮੈਂ ਕੀ ਕਰਾਂ ਫਿਰ, ਹੁਣ ਟਾਈਮ ਪਾਸ ਤਾਂ ਕਰਨਾ ਹੀ ਪੈਂਦਾਗਾ।
ਪਿਆ ਹੋਵੇ ਬੋਲੀ ਜਾਣ ਤੇ ਤੂੰ ਉਹਦੀ ਗੱਲ ਹੀ ਨਾ ਸੁਣੀ, ਉਹਦਾ ਅਸਰ ਹੀ ਨਾ ਕਰੀ ਗੱਲ ਦਾ, ਤੂੰ ਚੁੱਪ ਕਰਕੇ ਆਪਦਾ ਰੈਸਟ ਕਰ, ਮੈਂ ਰੋਟੀ ਰੁਟੀ ਬਣਾਉਣੀ ਹੈਗੀ ਤੇ ਫਿਰ ਆਪਾਂ ਰੋਟੀ ਰਹਿਣਾ। ਮਾਮੀ ਤੂੰ ਚੰਗੀ ਆ, ਕੋਈ ਗੱਲ ਨੀ, ਬਸ ਤੂੰ ਉਹਦੀ ਗੱਲ ਹੀ ਨਾ ਸੁਣ, ਤੂੰ ਮੇਰੇ ਮੂੰਹ ਨੂੰ ਰਹਿਣਾ। ਇਹ ਤਾਂ ਤੂੰ ਪਤਾ ਨੀ ਕਿਵੇਂ ਆ ਗਈ, ਇਹਦੇ ਤਾਂ ਛੜੇ ਮਨ ਵਾਲੇ ਲੱਛਣ ਸੀਗਾ, ਕਿਸੇ ਨੇ ਬੁੜੀ ਨੀ ਦੇਣੀ ਸੀਗੀ, ਕੁੜੀ ਨੀ ਦੇਣੀ ਸੀ, ਤੇ ਪਤਾ ਨੀ ਤੂੰ ਕਿਵੇਂ ਆ ਗਈ ਇੱਥੇ। ਬਸ ਕੀ ਕਰਾਂ, ਹੁਣ ਤੱਕ ਤਾਂ ਦਿਨ ਕੱਟੀਆਂ ਕਰਦੀ ਸੀ ਕਿ ਪੁੱਛ, ਸੱਚ ਪੁੱਛੇ ਨਾ, ਹੁਣ ਜੋ ਦੋ ਤਿੰਨ ਦਿਨ ਹੋ ਗਏ ਤੂੰ ਆਇਆਗਾ, ਮੇਰਾ ਵੀ ਵਧੀਆ ਜੀ ਲੱਗਿਆਗਾ, ਜਾਣ ਜਿਉਣ ਦੀ ਨਾ ਨਾਲੇ ਤੂੰ ਗੱਲ ਕਰੀ, ਠੀਕ ਆ ਨਾ, ਬਹੁਤ ਕੰਮ ਅਧੂਰੇ ਹੈਗੇ ਜਿਹੜੇ ਤੇਰੇ ਤੋਂ ਕਰਵਾਉਣੇ ਹੈਗੇ ਮੈਂ ਕੰਮ। ਹਾਂ ਜਾਣੀ ਕਿ ਬਸ ਘਰ ਦਾ ਹੀ ਕੰਮ ਕਰ, ਹੁਣ ਜਿਵੇਂ ਤੈਨੂੰ ਪਤਾ ਇਹ ਤਾਂ ਹੁਣ ਆਖੇ ਲੱਗਦਾ ਨੀ ਹੈਗਾ, ਅੜਵਾਈ ਕਰਦਾ ਬਾਹਲ ਹੀ, ਹੈ ਤਾਂ ਕਰਕੇ ਕਹਿੰਦੀ ਮੈਨੂੰ ਕਹੂਗਾ ਪਿਆਰ ਨਾਲ ਰੱਖਦਾ, ਮੈਂ ਤਾਂ ਫੁੱਲਾਂ ਵਾਂਗੂ ਰੱਖਦਾ। ਆ ਹੁਣ ਤੂੰ ਦੇਖ ਹੀ ਲਿਆ, ਫੁੱਲਾਂ ਵਾਂਗੂ ਰੱਖਦਾ, ਫੁੱਲਾਂ ਵਾਂਗੂ ਰੱਖਣ ਵਾਲਾ ਹੈਗਾ, ਸ਼ੱਕ ਕਰਦਾ ਹੈਗਾ ਰੋਹੀ ਤਾਂ ਗੱਲ ਆ, ਨਾਲੇ ਤੇਰੇ ਸਾਹਮਣੇ ਦੇਖ ਲਾ ਵੀ ਮੈਂ ਤਾਂ ਅੱਡੇ ਤੱਕ ਮਸਾਂ ਜਾਂਦੀ ਹੈਗੀ, ਮੂਲ ਕੋ ਕੇ ਮੈਂ ਤਾਂ ਬਾਹਰ ਵੀ ਨਹੀਂ ਜਾਂਦੀ ਹੈਗੀ ਕਿਤੇ, ਹੈ ਬਗਾਨਾ ਬੰਦਾ ਆ ਗਿਆ ਤਾਂ ਜਰ ਲੈ ਬਸ, ਇਹ ਉਹੀ ਤਾਂ ਗੱਲ ਹੈ, ਜੇ ਤੂੰ ਉਹਦੇ ਨਾਲ ਗਲਤ ਬਣਾ ਦੇ, ਜਦੋਂ ਭਾਣਜੇ ਨੂੰ ਐਂ ਕਹਿੰਦਾ ਵੀ ਤੂੰ ਘਰੋਂ ਬਾਗ ਜਾ ਡਰਾਉਣ ਲੱਗ ਗਿਆ, ਕੋਈ ਭੂਤ ਨਹੀਂ ਕੁਛ ਨਹੀਂ, ਚੁੱਪ ਕਰਕੇ ਉਧਰ ਨਹੀਂ ਪੈਣਾ ਨਾ ਪਏ, ਕੋਈ ਗੱਲ ਨੀ ਇੱਥੇ ਪੈ ਜਾ ਕਰ ਸਾਡੇ ਨਾਲ ਹੀ। ਮੈਂ ਤਾਂ ਕਹਿਤਾ ਇਹ ਬੜਾ ਪੈਣ ਦੇਊਗਾ, ਮੈਂ ਹੈਗੀ ਜਦੋਂ ਤੈਨੂੰ ਕਿ ਡਰਨ ਦੀ ਲੋੜ ਆ, ਤੈਨੂੰ ਕੋਈ ਪੁੱਛਣ ਦੀ ਲੋੜ ਨੀ, ਸ਼ਾਮ ਨੂੰ ਰੋਟੀ ਖਾਧੀ, ਰੋਟੀ ਖਾ ਕੇ ਪਹਿਲਾਂ ਜਾ ਕੇ ਚੁੱਪ ਕਰਕੇ ਇੱਥੇ ਪੈ ਜਾ ਕਰ, ਠੀਕ ਹੈ? ਹਾਂ ਚੱਲ ਤੂੰ ਰੈਸਟ ਕਰ ਤੇ ਮੈਂ ਰੋਟੀ ਰੁਟੀ ਬਣਾਉਣੀ ਹੈਗੀ, ਚੰਗਾ? ਲੈ ਭਾਣਜਿਆ ਤੈਨੂੰ ਕੀ ਪਤਾ, ਤੂੰ ਜਾਣ ਦੀ ਗੱਲ ਕਰਦਾ, ਮਸਾਂ ਤਾਂ ਮੈਂ ਤੈਨੂੰ ਇੱਥੇ ਰੱਖਿਆ, ਹਜੇ ਤਾਂ ਤੇਰੀ ਜਵਾਨੀ ਦਾ ਮੈਂ ਜ਼ੋਰ ਪਰਖਣਾ, ਹੈਂ ਹੌਲੀ ਹੌਲੀ ਗੱਲ ਅੱਗੇ ਵਧਾਊਂਗੀ ਮੈਂ, ਆਹ ਸਾਡੇ ਵਾਲਾ ਤਾਂ ਕੰਮ ਲੱਗਾ ਮੇਰੇ ਘਰ ਵਾਲਾ, ਹੈਂ ਜਿਹੜਾ ਇਹ ਐਂ ਕਹਿੰਦਾ ਗਾ ਇਹਨੂੰ ਵਗ ਜਾ, ਮੈਂ ਤਾਂ ਕੋਈ ਜਾਣ ਨਹੀਂ ਦਿੰਦੀ ਹੈਗੀ, ਐਡਾ ਸੋਹਣਾ ਸੁਨੱਖਾ ਹੈਗਾ ਗਾ ਤਾਂ ਹਿੱਕ ਨਾ ਲਾ ਕੇ ਰੱਖੂਗੀ ਇੱਥੇ, ਜਮਾਂ ਨਹੀਂ ਜਾਣ ਦਿੰਦੀ। ਚੱਲ ਪਰੌਂਠੇ ਬਣਾ ਕੇ ਲਿਆਉਂਦੀ ਹੈਗੀ, ਜੇ ਢਿੱਡ ਰੱਜੂਗਾ ਫਿਰ ਹੀ ਮਨ ਖੁਸ਼ ਹੋਊਗਾ।